ਅੱਜ ਐਮ ਐਲ ਏ ਸਾਹਿਬ ਦੀ ਸਾਥ ਨਾਲ ਅਸੀਂ ਅੱਜ ਬਾਰਡਰ ਏਰੀਆ ਦੇਖਣਾ ਹੈ ਜਿੱਥੇ ਇੱਥੇ ਪਾਣੀ ਦੇ ਮਾਰ ਪੈਂਦੀ ਹੈ ਅਤੇ ਤਕਰੀਬਨ ਏਰੀਆ ਅਸੀਂ ਦੇਖ ਲਿਆ ਹੈਗਾ ਅਤੇ ਜਿੱਥੇ ਇੱਥੇ ਪਹਿਲੀ ਵਾਰੀ ਪ੍ਰੋਬਲਮ ਆਈ ਸੀ ਉਹ ਦੇਖ ਰਹੇ ਹਾਂ ਪੁਆਇੰਟ ਅਸੀਂ ਅਤੇ ਉਹ ਪ੍ਰੋਬਲਮ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਮੀਂਹਾਂ ਤੋਂ ਪਹਿਲਾਂ ਹੜ੍ਹਾਂ ਤੋਂ ਪਹਿਲਾਂ ਅਸੀਂ ਪ੍ਰੋਬਲਮ ਹੱਲ ਕਰਾਂਗੇ। ਸਾਡੇ ਵੱਲੋਂ ਦੇਖੋ ਇਹਤਿਆਤ ਵੱਲੋਂ ਤਾਂ ਕੁਛ ਕੀਤਾ ਸਾਡਾ ਬਚਾਵ ਕਾਰਨ ਹੈਗੇ ਸਾਡੇ ਬਚਾਵ ਹੈਗਾ ਉਹ ਵੀ ਕਰ ਸਕਦੇ ਹਾਂ ਕਿਉਂਕਿ ਟੋਲਾ ਟੋਲਾ ਤਾਂ ਨਹੀਂ ਕਿਤੇ ਕੁਛ ਕਰ ਸਕੀਏ ਸੋ ਇਹੀ ਹੈ ਪੁਲ ਬਾਰੇ ਪਤਾ ਲੱਗਿਆ ਸੀਗਾ ਪੁਲ ਕਰਕੇ ਡਾਫ ਲੱਗ ਰਹੀ ਹੈ ਸੋ ਇਹਨਾਂ ਹੁਣ ਲਿਖਾ ਪੜ੍ਹੀ ਕਰਾਂਗੇ ਵੀ ਇਹ ਪੁਲ ਦੀ ਮੁਰੰਮਤ ਕਰਾਈ ਜਾਵੇ।